ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ ਜੀ। ਮੈਂ ਅੱਜ ਮੌਜੂਦ ਹਾਂ ਪਿੰਡ ਰੱਤੜ ਛੱਤਰ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ। ਅਤੇ ਇੱਥੇ ਬੜਾ ਹੀ ਮਸ਼ਹੂਰ ਅਤੇ ਪ੍ਰਸਿੱਧ ਦਰਬਾਰ ਰੋਜ਼ਾ ਸ਼ਰੀਫ ਹੈ, ਰੋਜ਼ਾ ਸ਼ਰੀਫ ਪੀਰ ਸੱਯਦ ਇਮਾਮ ਅਲੀ ਸ਼ਾਹ ਜੀ। ਅਤੇ ਆਓ ਚੱਲਦੇ ਹਾਂ ਰੱਤੜ ਛੱਤਰ ਪਿੰਡ ਵਿੱਚ, ਅਤੇ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਇਸ ਰੋਜ਼ਾ ਸ਼ਰੀਫ ਦੇ। ਲਓ ਜੀ, ਅਸੀਂ ਪਹੁੰਚ ਗਏ ਹਾਂ ਪਿੰਡ ਰੱਤੜ ਛੱਤਰ, ਅਤੇ ਸਾਹਮਣੇ ਹੀ ਨਜ਼ਰ ਆ ਰਿਹਾ ਹੈ ਰੋਜ਼ਾ ਸ਼ਰੀਫ, ਅਤੇ ਇਹ ਰਸਤਾ ਜਾ ਰਿਹਾ ਹੈ ਰੋਜ਼ਾ ਸ਼ਰੀਫ ਨੂੰ, ਅਤੇ ਬਿਲਕੁਲ ਉੱਚੀ ਥੇਹ 'ਤੇ ਬਣਿਆ ਹੋਇਆ ਹੈ ਰੋਜ਼ਾ ਸ਼ਰੀਫ ਦਰਬਾਰ ਪੀਰ ਸੱਯਦ ਇਮਾਮ ਅਲੀ ਸ਼ਾਹ ਜੀ। ਅਤੇ ਆਓ ਚੱਲਦੇ ਹਾਂ ਦਰਬਾਰ ਵਿੱਚ, ਅਤੇ ਕਰਦੇ ਹਾਂ ਦਰਸ਼ਨ, ਅਤੇ ਤੁਹਾਨੂੰ ਵੀ ਕਰਾਉਂਦੇ ਹਾਂ ਇਸਦੇ ਦਰਸ਼ਨ। ਇਹ ਕੁਛ ਲਿਖਿਆ ਨਜ਼ਰ ਆ ਰਿਹਾ ਜੀ, ਸ਼ਾਇਦ ਫਾਰਸੀ ਵਿੱਚ ਲਿਖਿਆ ਹੋਇਆ ਹੈ। ਇਹ ਹੈ ਜੀ ਪੁਰਾਣਾ ਖੂਹ, ਇਸ ਰੋਜ਼ਾ ਸ਼ਰੀਫ ਦਰਬਾਰ ਦਾ। ਪੁਰਾਣੀਆਂ ਇੱਟਾਂ ਵਿੱਚ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਛੋਟੀਆਂ ਛੋਟੀਆਂ ਇੱਟਾਂ ਤੋਂ ਗਵਾਹੀ ਭਰਦੀਆਂ ਨੇ ਇਸ ਪੁਰਾਤਨ ਖੂਹ ਦੀਆਂ। ਛੋਟੀਆਂ ਇੱਟਾਂ ਦੀ ਇਹ ਤਮੀਰ, ਲੱਗਦਾ ਹੈ ਕਿ ਸਰਹੰਦੀ ਇੱਟਾਂ ਨੇ, ਅਤੇ ਗਵਾਹੀ ਭਰਦੀਆਂ ਨੇ ਕਿ ਕਿੰਨੀ ਕੁ ਪੁਰਾਣੀਆਂ ਇਹ ਇਮਾਰਤਾਂ ਹਨ। ਇਹ ਹੋਈ ਲੱਕੜ ਦੇ ਦਰਵਾਜ਼ੇ, ਅਤੇ ਸਾਹਮਣੇ ਸੇਵਾ ਹੋ ਰਹੀ ਹੈ। ਇਹ ਦੇਖੋ ਜੀ ਛੋਟੀਆਂ ਇੱਟਾਂ, ਔਰ ਇਹ ਉੱਤੇ ਕੁਛ ਲਿਖਿਆ ਨਜ਼ਰ ਆ ਰਿਹਾ ਹੈ ਫਾਰਸੀ 'ਚ। ਇਹ ਦੇਖੋ ਜੀ ਫਾਰਸੀ 'ਚ ਕੁਛ ਲਿਖਿਆ ਹੋਇਆ ਹੈ।
ਅਤੇ ਆਓ ਚੱਲਦੇ ਹਾਂ ਇਸ ਦਰਬਾਰ ਦੇ ਅੰਦਰ ਅਤੇ ਕਰਦੇ ਹਾਂ ਮਜ਼ਾਰ ਦੇ ਦਰਸ਼ਨ। ਵਾਹ ਜੀ, ਉਹੀ ਪੁਰਾਣੀ ਚਿੱਤਰਕਾਰੀ, ਉਹ ਬਹੁ ਬਿਲਕੁਲ ਅੱਜ ਵੀ ਬਿਲਕੁਲ ਨਵੀਂ ਲੱਗ ਰਹੀ ਹੈ। ਬਹੁਤ ਸੋਹਣੇ ਫੁੱਲ ਬੂਟੇ ਬਣੇ ਹੋਏ ਹਨ, ਪੁਰਾਣੀ ਪੇਂਟਿੰਗ ਚਿੱਤਰਕਾਰੀ। ਇਸ ਸਾਹਮਣੇ ਲਿਖਿਆ ਨਜ਼ਰ ਆ ਰਿਹਾ ਮਜ਼ਾਰ, ਇਹ ਮਜ਼ਾਰ ਹੈ ਹਜ਼ਰਤ ਪੀਰ ਸੈਯਦ ਮੀਰ ਬਾਰਕ ਹੈ ਜੀ, ਲਿਖਿਆ ਹੋਇਆ ਬਿਲਕੁਲ ਇੰਗਲਿਸ਼ ਵਿੱਚ। ਅਤੇ ਅੱਗੇ ਵੇਖਦੇ ਹਾਂ, ਹਾਂ ਇਹ ਹੈ ਮਜ਼ਾਰ ਹਜ਼ਰਤ ਪੀਰ ਸੈਯਦ ਸਾਦਿਕ ਸ਼ਾਹ ਜੀ। ਅਤੇ ਅਗਲੀ ਜਿਹੜੀ ਮੁੱਖ ਹੈ ਇਹ ਹੈ ਕਾਜ਼ਮੇ ਆਲਮ ਪੀਰ ਸੈਯਦ ਇਮਾਮ ਅਲੀ ਸ਼ਾਹ ਜੀ, ਇਹ ਹੈ ਜਿਸ ਦੇ ਨਾਂ 'ਤੇ ਰੋਜ਼ਾ ਸ਼ਰੀਫ ਮਸ਼ਹੂਰ ਹੈ ਔਰ ਦਰਬਾਰ ਮਸ਼ਹੂਰ ਹੈ। ਦੱਸਿਆ ਗਿਆ ਹੈ ਕਿ ਪੀਰ ਸੈਯਦ ਇਮਾਮ ਅਲੀ ਸ਼ਾਹ ਜੀ ਜਿਹੜੇ ਸਨ ਉਹ ਮੀਆਂ ਮੀਰ ਦੇ ਵੰਸ਼ ਸਨ ਅਤੇ ਉਹਨਾਂ ਦੇ ਖਾਨਦਾਨ ਵਿੱਚੋਂ ਸਨ, ਇਹਨਾਂ ਦੀ ਇੱਥੇ ਜਿਹੜੀ ਹੈ ਗੱਦੀ ਹੈ। ਇਹ ਦੇਖੋ ਕਿੰਨੀ ਸ਼ਾਨਦਾਰ ਪੇਂਟਿੰਗ ਹੈ, ਕਿੰਨੀ ਸ਼ਾਨਦਾਰ ਚਿੱਤਰਕਾਰੀ ਕੀਤੀ ਹੋਈ ਹੈ, ਬਹੁਤ ਹੀ ਪੁਰਾਣੀ।
ਰੋਜ਼ਾ ਸ਼ਰੀਫ ਦੇ ਬਾਹਰ ਬਾਹਰ ਇੱਕ ਬੇਸਮੈਂਟ ਬਣੀ ਹੋਈ ਹੈ, ਉਸ ਦੇ ਅੰਦਰ ਵੀ ਇੱਕ ਦਰਬਾਰ ਹੈ। ਆਓ ਇਸ ਦੇ ਵੀ ਕਰਾਉਂਦੇ ਹਾਂ ਤੁਹਾਨੂੰ ਜੀ ਦਰਸ਼ਨ। ਸਾਹਮਣੇ ਇਸ ਸਾਫ਼ ਸਫਾਈ ਦੀ ਸੇਵਾ ਚੱਲ ਰਹੀ ਹੈ, ਯਾਨੀ ਕਿ ਸ਼ਰਧਾਲੂ ਜਿਹੜੇ ਹਨ ਉਹ ਰੋਜ਼ਾਨਾ ਦੀ ਸਫਾਈ ਕਰਦੇ ਹਨ। Thank you.
ਦਰਬਾਰ ਦੇ ਅਹਾਤੇ ਦੇ ਅੰਦਰ ਇਹ ਕੁਛ ਕਬਰਾਂ ਬਣੀਆਂ ਹੋਈਆਂ ਹਨ, ਜਿਸ ਦੀਆਂ ਚਾਦਰਾਂ ਜਿਹੜੀਆਂ ਹਨ ਉਹ ਬਦਲੀਆਂ ਜਾ ਰਹੀਆਂ ਹਨ ਜਾਂ ਧੋਤੀਆਂ ਜਾਣਗੀਆਂ। ਇਹ ਵੇਖੋ ਜੀ, ਇੱਧਰ ਵੀ ਇੱਕ ਸੇਵਾਦਾਰ ਲੱਗਾ ਹੋਇਆ ਹੈ ਚਾਦਰਾਂ ਨੂੰ ਹਟਾਉਣ, ਉਸਦੀ ਜਗ੍ਹਾ ਨਵੀਆਂ ਵਿਛਾਉਣ। ਅਤੇ ਆਓ ਚੱਲਦੇ ਹਾਂ ਇਸਦੀ ਛੱਤ ਦੇ ਉੱਤੇ ਅਤੇ ਵੇਖਦੇ ਹਾਂ ਉੱਤੋਂ ਦਰਬਾਰ ਦਾ ਵਿਊ, ਰੋਜ਼ਾ ਸ਼ਰੀਫ ਦਾ ਵਿਊ ਅਤੇ ਪਿੰਡ ਰਤਰ ਛੱਤਰ। ਲਓ ਜੀ, ਕਾਫੀ ਪੌੜੀਆਂ ਹਨ, 3 ਮੰਜ਼ਿਲਾ ਇਮਾਰਤ ਹੈ ਅਤੇ ਅੰਤ ਨਹੀਂ ਹੁਣ ਜਾ ਰਿਹਾ, ਐਂਡ ਨਹੀਂ ਆ ਰਿਹਾ। ਵੇਖੋ ਹੁਣ ਆਇਆ, ਹੁਣ ਰੋਸ਼ਨੀ ਆਈ ਹੈ। ਲਓ ਜੀ, ਪਹੁੰਚ ਗਏ ਅਸੀਂ ਛੱਤ ਦੇ ਉੱਤੇ, ਬਸ ਥੋੜ੍ਹਾ ਹੋਰ, ਹੁਣ ਆਇਆ ਜੀ। ਇੱਥੋਂ ਨਜ਼ਰ ਆ ਰਿਹਾ ਹੈ ਜੀ ਪਾਕਿਸਤਾਨ ਦਾ ਬਾਰਡਰ, ਇਹ ਸਾਹਮਣੇ ਪਾਕਿਸਤਾਨ ਨਜ਼ਰ ਆ ਰਿਹਾ ਹੈ। ਇਹ ਨਜ਼ਰ ਆ ਰਿਹਾ ਜੀ ਪਿੰਡ ਰਤੜ ਛੱਤਰ, ਛੋਟਾ ਜਿਹਾ ਪਿੰਡ ਹੈ, ਜ਼ਿਆਦਾ ਵੱਡਾ ਨਹੀਂ ਹੈ।
ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹ ਚੀਜ਼ ਜੋ ਤੁਸੀਂ ਪਹਿਲਾਂ ਨਹੀਂ ਵੇਖੀ ਹੋਣੀ। ਇਹ ਹੈ ਕਿ ਦੱਸਦੇ ਹਨ ਕਿ 1965 ਦੀ ਭਾਰਤ ਪਾਕ ਜੰਗ ਵੇਲੇ ਪਾਕਿਸਤਾਨ ਵਾਲੇ ਪਾਸੇ ਇੱਕ ਤੋਪ ਦਾ ਗੋਲਾ ਆਇਆ ਸੀ ਜੋ ਇੱਥੇ ਵੱਜਾ ਸੀ ਇਸ ਰੋਜ਼ਾ ਸ਼ਰੀਫ ਦੀ ਪਿਛਲੀ ਦੀਵਾਰ 'ਤੇ। ਅੱਜ ਵੀ ਨਿਸ਼ਾਨ ਮੌਜੂਦ